ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਇਹ ਸ਼ਖਸ ਸਾਬਕਾ ਫੌਜੀ ਹੈ ਜਿਸ ਨੇ ਦੋ ਲੜਕੀਆਂ ਨੂੰ ਫੌਜ ਅਤੇ ਪੁਲਿਸ ਦੇ ਸੁਪਨੇ ਦਿਖਾਏ ਔਰ ਇਸਨੇ ਲੱਖਾਂ ਰੁਪਏ ਹੜੱਪ ਲਏ ਜਿਸ ਤੋਂ ਬਾਅਦ ਲੜਕੀਆਂ ਦੇ ਪਿਤਾ ਦੇ ਵੱਲੋਂ ਵਿਜੀਲੈਂਸ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਤਾਂ ਹੁਣ ਸਾਰੇ ਸਬੂਤ ਪ੍ਰਾਪਤ ਹੋਣ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਇਸ ਸਾਬਕਾ ਫੌਜੀ ਨੂੰ ਗ੍ਰਿਫਤਾਰ ਕੀਤਾ ਗਿਆ ਕੁੜੀਆਂ ਨੂੰ ਭਰਤੀ ਕਰਵਾਉਣ ਦਾ ਇਸਦੇ ਵੱਲੋਂ ਝਾਂਸਾ ਦਿੱਤਾ ਗਿਆ ਸੀ ਕੁੜੀਆਂ ਦੇ ਪਿਤਾ ਨੂੰ ਭਰੋਸੇ ਦੇ ਵਿੱਚ ਲੈ ਕੇ 4,25,000 ਹੜੱਪੇ ਗਏ ਸ਼ਿਕਾਇਤਕਰਤਾ ਨੇ ਸਾਰੀ ਗੱਲਬਾਤ ਵਿਜੀਲੈਂਸ ਦੇ ਕੋਲ ਦੱਸੀ ਦੋ ਕੁੜੀਆਂ ਨੂੰ ਭਰਤੀ ਕਰਵਾਉਣ ਦਾ ਇਸਦੇ ਵੱਲੋਂ ਝਾਂਸਾ ਦਿੱਤਾ ਗਿਆ ਸੀ 12 ਲੱਖ ਦੇ ਵਿੱਚ ਡੀਲ ਪੱਕੀ ਹੋਈ ਸੀ ਤਾਂ ਇਹ ਸ਼ਖਸ ਜੋ ਕਿ ਸਾਬਕਾ ਫੌਜੀ ਹੈ ਆਪਣੇ ਆਪ ਨੂੰ ਵਿਜੀਲੈਂਸ ਦਾ ਇੰਸਪੈਕਟਰ ਦੱਸਦਾ ਸੀ ਪੜਤਾਲ ਕਰਨ ਤੇ ਪਤਾ ਲੱਗਾ ਕਿ ਇਹ ਇੱਕ ਸਾਬਕਾ ਫੌਜੀ ਹੈ ਫਿਰੋਜ਼ਪੁਰ ਦੇ ਪਿੰਡ ਨਵਾਂ ਸੱਤਿਆਵਾਲਾ ਦੇ ਸਾਬਕਾ ਫੌਜੀ ਜਸਵੀਰ ਸਿੰਘ ਦੀਆਂ ਇਹ ਤਸਵੀਰਾਂ ਨੇ ਫਰਜ਼ੀ ਇੰਸਪੈਕਟਰ ਬਣ ਕੇ ਦੋ ਲੜਕੀਆਂ ਦੇ ਨਾਲ ਧੋਖਾਧੜੀ ਕਰਨ ਦੇ ਮਾਮਲੇ ਦੇ ਵਿੱਚ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਜਸਵੀਰ ਸਿੰਘ ਗਿੱਲ ਨੇ ਸਾਡੇ ਨਾਲ ਧੋਖਾਬਾਜ਼ੀ ਦੇ ਨਾਲ ਇਹਨੇ ਕਿਹਾ ਕਿ ਮੈਂ ਤੁਹਾਡੀ ਲੜਕੀਆਂ ਨੂੰ ਪੰਜਾਬ ਪੁਲਿਸ ਨੌਕਰੀ ਦੇ ਦਵਾਵਾਂਗਾ ਮੇਰੇ ਕੋਲ ਬਹੁਤ ਬੰਦੇ ਹੈਗੇ ਨੇ ਮੈਂ ਪਿਛਲੇ ਸਾਲ 20-25 ਭਰਤੀ ਕਰਾਇਆ ਅਤੇ ਇਹਨੇ ਮੈਨੂੰ 17 ਚੈੱਕ ਇਹਨੇ ਮੈਨੂੰ ਦਿਖਾਏ ਸੀਗੇ ਜਿਹੜੇ ਮੈਂ ਗਿਣੇ ਆ ਗਿਣ ਕਰਕੇ ਮੈਂ ਇਹ 'ਤੇ ਭਰੋਸਾ ਕੀਤਾ ਕਿ ਬਿਲਕੁਲ ਇਹ ਕਰਵਾ ਸਕਦਾ ਅਤੇ ਇਹ ਕਹਿੰਦਾ ਸੀ ਮੇਰਾ ਜਿਹੜਾ ਜੁਆਈ ਆ ਉਹ ਚੰਡੀਗੜ੍ਹ DSP ਲੱਗਿਆ ਅਤੇ ਮੇਰੀ ਲੜਕੀ ਹਾਈਕੋਰਟ ਦੇ ਜੱਜ ਆ ਜੇ ਜਸਵੀਰ ਸਿੰਘ ਗਿੱਲ ਨੇ ਮਾਰੀ ਸੀ ਠੱਗੀ ਅਤੇ ਅੱਗੇ ਪਹਿਲਾਂ ਹੀ ਬਹੁਤ ਸਾਰੀ ਮਾਰ ਚੁੱਕਿਆ ਜੀ ਤਾਂ ਤੁਹਾਡੇ ਕਿੰਨੀਆਂ ਬੇਟੀਆਂ ਜਿਹੜਾ ਕਿ ਤੁਸੀਂ ਭਰਤੀ ਕਰਾਉਣ ਵਾਸਤੇ ਕਿੰਨੇ ਪੈਸੇ ਮੰਗੇ ਸੀ ਸਾਡੀ 5 ਬੇਟੀਆਂ 2 ਛੋਟੀਆਂ ਬੇਟੀਆਂ ਸੀਗੀਆਂ ਉਹਨਾਂ ਨੂੰ ਭਰਤੀ ਕਰਾਉਣ ਵਾਸਤੇ ਇਹਨੇ ਇਹਨੇ 12 ਲੱਖ ਦੀ ਮੰਗ ਕੀਤੀ ਸੀ ਇਹਨੇ ਕਿਹਾ ਇੱਕ ਬੇਟੀ ਦੇ ਪੈਸੇ ਮੈਂ 6 ਲੱਖ ਲਵਾਂਗਾ ਜੋ ਲੱਗ ਗਈਆਂ ਤਾਂ ਬਾਕੀ ਜਿਹੜੇ 6 ਲੱਖ ਹੋਵੇਗਾ ਉਹ ਮੈਂ ਤਨਖਾਹ 'ਚ ਲਵਾਂਗਾ ਤਾਂ ਇਹ ਬੰਦਾ ਜਿਹੜਾ ਤੁਸੀਂ ਨਾਂ ਜਸਵੀਰ ਸਿੰਘ ਲੈ ਰਹੇ ਹੋ ਹਾਂਜੀ ਇਹ ਕੋਈ ਪੰਜਾਬ ਪੁਲਿਸ ਦੇ ਮੁਲਾਜ਼ਮ ਹੈ ਕਿ ਇਹ ਕੋਈ ਫੌਜੀ ਇਹ ਸਾਨੂੰ ਕਹਿੰਦਾ ਸੀ ਜੀ ਮੈਂ ਵਿਜੀਲੈਂਸ ਦਾ ਇੰਸਪੈਕਟਰ ਹਾਂ ਜਿਸ ਕਰਕੇ ਅਸੀਂ ਇਹ 'ਤੇ ਵਿਸ਼ਵਾਸ ਕੀਤਾ ਪਰੰਤੂ ਹੁਣ ਜਦੋਂ ਇਹਨੇ ਦੁਬਾਰਾ ਪੈਸਿਆਂ ਦੀ ਮੰਗ ਕੀਤੀ ਮੈਂ ਵਿਜੀਲੈਂਸ ਕੋਲ ਦਰਖਾਸਤ ਦਿੱਤੀ ਤਾਂ ਹੁਣ ਪਤਾ ਲੱਗਾ ਕਿ ਇਹ ਸਾਬਕਾ ਫੌਜੀ ਹੈ ਜੀ ਤਾਂ ਹੁਣ ਕੀ ਹੋਇਆ ਫਿਰ ਹੁਣ ਜੀ ਅਜੇ ਤਾਂ ਇੱਥੇ ਦਰਖਾਸਤ ਦਿੱਤੀ ਹੈ ਜੀ ਹੁਣ ਤੱਕ ਦੇਖੋ ਪਰਚਾ ਹੁੰਦਾ ਕਿ ਕੇਸ ਹੁੰਦਾ ਹੈ ਤਾਂ ਵਿਜੀਲੈਂਸ ਨੇ ਇਹਨਾਂ ਨੂੰ ਕੋਈ ਪੈਸੇ ਰੰਗੇ ਸੀ ਫੜਿਆ ਵੀ ਹੈ ਨਹੀਂ ਫੜਿਆ ਨਹੀਂ ਬਾਕੀ ਮੰਨ ਗਿਆ ਪੈਸੇ ਮੈਂ ਇੰਨੇ ਪੈਸੇ ਲਏ ਹੋਇਆ ਹਾਂਜੀ ਮੰਨ ਗਿਆ ਮੈਂ ਪੈਸੇ ਲਏ ਹਾਂ ਤਾਂ ਜਦੋਂ ਤੁਸੀਂ ਮਿਲੇ ਇਹ ਵਰਦੀ 'ਚ ਵੀ ਦਿਖਿਆ ਹਾਂਜੀ 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 ਇਹਨੇ ਯੂਨੀਫਾਰਮ ਪਾਈ ਸੀਗੀ ਕਿਹਦੀ ਪੰਜਾਬ ਪੁਲਿਸ ਦੀ ਕਿਹਦੀ ਹਾਂਜੀ ਪੰਜਾਬ ਪੁਲਿਸ ਦੀ ਸੀਗੀ ਉਦੋਂ ਕਹਿੰਦੇ ਸੀ ਮੈਂ ਵਿਜੀਲੈਂਸ ਦਾ ਇੰਸਪੈਕਟਰ ਸਟਾਰ ਸਟੂਰ ਲੱਗੇ ਸੀਗੇ ਇਹਦੇ ਤਾਂ ਹੁਣ ਕੀ ਮੰਗ ਕਰਦੇ ਹੁਣ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਜਾਂ ਤਾਂ ਜਿਹੜੇ ਬੇਟੀਆਂ ਦੇ ਉਹਨੇ ਕਿਹਾ ਸੀ ਮੈਂ ਨੌਕਰੀ ਦਿਆਂਗਾ ਉਹ ਨੌਕਰੀ ਦੇ ਜਾਂ ਆਪਣੇ ਪੈਸੇ ਸਾਡੇ ਵਾਪਸ ਕਰ ਦੇਵੇ ਆਹ ਮੈਂ ਮੰਗ ਕਰਦਾ ਹਾਂ ਜੀ ਹੋਰ ਸਾਡਾ ਇਹਦੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਕੋਈ ਕੁਝ ਨਹੀਂ ਜੀ ਇਹ ਐਕਚੁਅਲੀ ਸਾਬਕਾ ਫੌਜੀ ਹੈ ਜੀ ਬੇਸਿਕਲੀ ਜਸਵੀਰ ਸਿੰਘ ਇਹਦਾ ਨਾਂ ਆ ਇਹਨੇ ਇੱਕ ਜਰਨੈਲ ਸਿੰਘ ਨਾਂ ਦਾ ਬੰਦਾ ਸੀਗਾ ਉਹਦੀਆਂ 5 ਲੜਕੀਆਂ ਸੀਗੀਆਂ ਇਹ 2021 'ਚ ਕੁੜੀਆਂ ਦੀ ਭਰਤੀ ਨਿਕਲੀ ਸੀਗੀ ਉਦੋਂ ਇਹਨੇ ਉਹਨਾਂ ਨੂੰ ਝਾਂਸੇ 'ਚ ਲੈ ਕੇ ਅਤੇ 6 ਲੱਖ ਰੁਪਏ ਪ੍ਰਤੀ ਲੜਕੀ ਦੇ ਹਿਸਾਬ ਨਾਲ 12 ਲੱਖ ਰੁਪਏ 'ਚ ਸੌਦਾ ਤੈਅ ਕੀਤਾ ਸੀ ਵੀ ਇਹਨਾਂ ਨੂੰ ਪੁਲਿਸ 'ਚ ਭਰਤੀ ਕਰਵਾ ਦਾਂਗਾ ਪਰ ਇਹਨੇ ਨਾ ਹੀ ਇਹਦਾ ਕੋਈ ਲਿੰਕ ਸੀ ਨਾ ਹੀ ਇਹ ਭਰਤੀ ਕਰਾ ਸਕਦਾ ਸੀ ਇਹਨੇ 4,25,000 ਰੁਪਏ ਉਹਨਾਂ ਤੋਂ ਲੈ ਲਏ ਉਹਦੇ ਕੋਲ ਸਾਰੇ ਸਬੂਤ ਸੀਗੇ ਰਿਕਾਰਡਿੰਗ ਸੀਗੀਆਂ ਸਾਰੇ ਪਰੂਫ ਸੀਗੇ ਉਹਨੇ ਜਦੋਂ ਹੁਣ ਨਹੀਂ ਦਿੱਤੇ ਤਾਂ ਉਹਨੇ ਹੁਣ ਫਿਰ ਰੱਖ ਕੇ ਉਹਨੇ ਕੰਪਲੇਂਟ ਕੀਤੀ ਅਤੇ ਇਹ 'ਚ ਦੇ FIR ਲੌਂਚ ਕੀਤੀ ਹੈਗੀ ਆ ਅਤੇ ਇਹਨੂੰ ਅਸੀਂ ਅਰੈਸਟ ਕਰ ਲਿਆ ਇਹ ਐਕਚੁਲੀ ਸਾਬਕਾ ਫੌਜੀ ਨਿਕਲਿਆ ਐਕਚੁਲੀ ਪਰ ਇਹ ਆਪਣੇ ਆਪ ਨੂੰ ਇੰਟਰੋਡਿਊਸ ਕਰਦਾ ਸੀ ਮੈਂ ਵਿਜੀਲੈਂਸ ਦਾ ਇੰਸਪੈਕਟਰ ਜਾਂ ਪੰਜਾਬ ਪੁਲਿਸ ਦਾ ਇੰਸਪੈਕਟਰ ਹੈ ਤੌਸ ਦੇ ਕੇ ਹਾਂਜੀ ਦੋ ਕੇਸ ਤਾਂ ਹੁਣ ਆ ਗਏ ਆ ਹੁਣ ਤੱਕ ਇਹਦੇ ਸਾਹਮਣੇ ਇੱਕ ਬਦਨੀ ਕਲਾਂ
ਵਿਖੇ ਐੱਫ ਆਈ ਆਰ ਆ, 3 ਨੰਬਰ ਐੱਫ ਆਈ ਆਰ ਆ ਸੰਨ 2020 ਦੀ। ਉੱਥੇ ਵੀ ਇਹਨੇ ਇੱਦਾਂ ਹੀ ਫੌਜ 'ਚ ਭਰਤੀ ਕਰਾਉਣ ਦੇ 8 ਲੱਖ ਰੁਪਏ ਲਏ ਸੀ, ਅਤੇ ਪਲੱਸ ਇੱਕ ਸਿਟੀ ਮੋਗਾ ਦੀ ਇੱਕ ਹੋਰ ਐੱਫ ਆਈ ਆਰ ਆਈ ਹੈਗੀ ਆ ਉਹਨੇ ਸਾਹਮਣੇ, ਇੱਕ 115 ਨੰਬਰ ਐੱਫ ਆਈ ਆਰ ਆ ਸੰਨ 2018 ਦੀ। ਹਾਂ, ਤਾਂ ਹੀ ਕਾਫ਼ੀ ਹੁਣ ਇਨਵੈਸਟੀਗੇਟ ਕਰ ਰਹੇ ਹਾਂ ਅਸੀਂ। ਹੁਣ ਇੱਕ ਹੋਰ ਮਸਲਾ ਹੁਣੇ ਆਇਆ ਹੈਗਾ, ਡੀ ਉਹ ਚਲੋ ਨਾਲ ਹੀ ਕਿਸੇ ਅਫਸਰ, ਹਾਂ ਕਾਫ਼ੀ ਇਹਨੇ ਮਤਲਬ ਹੈਬਚੁਅਲ ਆਫ ਕ੍ਰਾਈਮ ਹੈਗਾ ਇਹ। ਨਹੀਂ, ਇਸ 'ਤੇ ਅਸੀਂ ਕਰ ਰਹੇ ਹਾਂ ਇਨਵੈਸਟੀਗੇਸ਼ਨ, ਹਾਂ ਜਾਂਚ, ਤਾਂ ਹੀ ਫਿਰ ਤੁਹਾਨੂੰ ਦੱਸਾਂਗੇ।